ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇਸ ਵੇਲੇ ਪਾਣੀ ਦੀ ਮਾਰ ਵਿੱਚ ਆਇਆ ਹੋਇਆ ਹੈ। ਕਾਫੀ ਨੁਕਸਾਨ ਹੋ ਚੁੱਕਾ ਹੈ ਚਾਹੇ ਉਹ ਹਿਮਾਚਲਿਆ ਚਾਹੇ ਹਰਿਆਣਾ ਚਾਹੇ ਪੰਜਾਬ ਦਾ ਕਾਫੀ ਏਰੀਆ ਪਾਣੀ ਵਿੱਚ ਡੁੱਬ ਚੁੱਕਾ ਹੈ। ਜੇ ਪਟਿਆਲਾ ਦੀ ਗੱਲ ਕਰੀਏ ਤੇ 5 5 6 6 ਫੁੱਟ ਪਾਣੀ ਜਿਹੜਾ ਉੱਥੇ ਵੀ ਆਪਨ ਸਟੇਟ 'ਚ ਖੜਿਆ ਹੋਇਆ ਹੈ ਸਾਡੇ ਆਪਣੇ ਆਫਿਸ ਵਿੱਚ ਵੀ ਪਾਣੀ ਆਇਆ ਹੋਇਆ ਹੈ। ਲੋਕ ਘਰੋਂ بے ਕਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਘਰੋਂ ਨਿਕਲ ਕੇ ਬਾਹਰ ਰੋਡ 'ਤੇ ਬੈਠੇ ਨੇ ਇਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਸੋ ਅੱਜ ਲੋੜ ਹੈ ਇਹਨਾਂ ਨੂੰ ਖਾਣਾ ਦੇਣ ਦੀ ਪਹਿਲਾਂ ਬਾਕੀ ਜਿਹੜੀਆਂ ਫੈਸਿਲਿਟੀਆਂ ਉਹ ਬਾਅਦ ਦਿੱਤੀਆਂ ਜਾਣਗੀਆਂ ਲੇਕਿਨ ਅੱਜ ਖਾਣੇ ਦੀ ਲੋੜ ਹੈ ਸੋ ਦੋ ਦਿਨ ਪਹਿਲਾਂ ਜਿਹੜੀਆਂ ਸੀ ਮੈਂ ਆਪਣੇ ਸਾਰੇ ਜਿੰਨੇ ਵੀ ਸਾਡੇ ਟਸਟ ਦੇ ਮੈਂਬਰ ਸਾਹਿਬਾਨ ਨੇ ਪ੍ਰੈਜ਼ੀਡੈਂਟ ਸਾਹਿਬਾਨ ਨੇ ਡਿਸਟ੍ਰਿਕਟ ਵਾਈਜ਼ ਉਹਨਾਂ ਨੂੰ ਹਦਾਇਤਾਂ ਦੇ ਦਿੱਤੀਆਂ ਸੀ ਕਿ ਤੁਸੀਂ ਆਪਣੇ ਆਪਣੇ ਡਿਸਟ੍ਰਿਕਟ ਵਿੱਚ ਡਿਸਟ੍ਰਿਕਟ ਪ੍ਰਸ਼ਾਸਨ ਪੁਰਸ ਪ੍ਰਸ਼ਾਸਨ ਨਾਲ ਮਿਲ ਕੇ ਸੋ ਉਹਨਾਂ ਨੂੰ ਪੁੱਛ ਲਓ ਵੀ ਤੁਹਾਨੂੰ ਕੀ ਕੀ ਚਾਹੀਦਾ ਹੈ ਮੈਡੀਸਿਨ ਚਾਹੀਦੀ ਹੈ ਜਾਂ ਰਸ਼ਨ ਚਾਹੀਦਾ ਜਾਂ ਹੋਰ ਜੋ ਵੀ ਚੀਜ਼ ਅਸੀਂ ਮੁਹੱਈਆ ਕਰਾ ਸਕਦੇ ਹਾਂ ਤੇ ਟਸਟ ਵੱਲੋਂ ਇਹ ਬਿਲਕੁਲ ਸੇਵਾ ਜਿਹੜੀ ਅਸੀਂ ਨਿਭਾਵਾਂਗੇ ਅੱਜ ਪਟਿਆਲਾ ਦੇ ਵਿੱਚ ਜਿਹੜਾ ਕਰੀਏ 500 ਦੇ ਕਰੀਬ ਜਿਹੜੀ ਰੈਡੀਮੇਡ ਫੂਡ ਦੇ ਪੈਕੇਟ ਹੈਗੇ ਨੇ ਇਹ ਅੱਜ ਸ਼ੁਰੂ ਕਰ ਦਿੱਤੇ ਗਏ ਨੇ ਤੇ ਕੱਲ ਤੋਂ 1000 ਸਵੇਰੇ 1000 ਸ਼ਾਮੀ ਕਰਤਾ ਜਾਏਗਾ ਔਰ ਲੋਡ ਮੁਤਾਬਕ ਇਹ ਜਿਹੜੀ ਗਿਣਤੀ ਹੈ ਇਹ ਅਸੀਂ ਵਧਾਈ ਚੱਲਾਂਗੇ ਸੋ ਪਟਿਆਲਾ ਸ਼ੁਰੂ ਹੋਇਆ ਬਾਕੀ ਵੀ ਸਾਡੇ ਸਾਰੇ ਪ੍ਰੈਜ਼ੀਡੈਂਟਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿੱਥੇ ਵੀ ਕਿਸੇ ਚੀਜ਼ ਦੀ ਲੋਡ ਪੈਂਦੀ ਹੈ ਸਾਨੂੰ ਦੱਸੋ ਉਸੇ ਵੇਲੇ ਅਸੀਂ ਨਾਲ ਦੇ ਨਾਲ ਪੂਰੀ ਕਰਾਂਗੇ ਕਿਉਂਕਿ ਇਹ ਜਿਹੜਾ ਦੌਰ ਹੈ ਹੁਣ ਖਾਣੇ ਦਾ ਇਸ ਤੋਂ ਬਾਅਦ ਫਿਰ ਮੈਡੀਸਿਨ ਦੀ ਲੋੜ ਪੈਣੀ ਹੈ ਈਵਨ ਪਸ਼ੂਆਂ ਦੀ ਜਿਹੜੀ ਖੁਰਾਕ ਹੈ ਪਸ਼ੂ ਨੂੰ ਵੀ ਚਾਹੀਦਾ ਹੈ ਸੋ ਉਹ ਖੁਰਾਕ ਹਸਤੇ ਵੀ ਅਸੀਂ ਪਿਛਤੇ ਆਈ ਸੀ ਜਦੋਂ ਫਲੱਡ ਆਈ ਸੀ ਅਦਰ ਸੁਲਤਾਨਪੁਰ ਲੋਧੀ ਦਾ ਕਪੂਰਥਲਾ ਆਜਾ ਤਰੰਦਰਨ ਸਾਈਟ ਸੋ ਉੱਥੇ ਅਸੀਂ ਫੀਡ ਸਾਰੀ ਸਪਲਾਈ ਕੀਤੀ ਸੀ ਤੇ ਐਤਕੀ ਵੀ ਜਿੱਥੇ ਫੀਡ ਦੀ ਲੋੜ ਪੈਗੀ ਅਸੀਂ ਫੀਡ ਸਪਲਾਈ ਕਰਾਂਗੇ ਤੇ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਸਪੈਸ਼ਲੀ ਨਦੀ ਨਾਲੇ ਹੋਗੇ ਦਰਿਆ ਹੋਗੇ ਜਾਂ ਪੁਲ ਹੋਗੇ ਸੋ ਉਥੇ ਰਸ਼ ਨਾ ਪਾਇਆ ਜਾਵੇ ਜਿੱਥੇ ਡਰ ਹੈ ਕਿ ਜ਼ਮੀਨ ਖਿਸਕ ਰਹੀ ਹੈ ਤੇ ਜਾਨੀ ਨੁਕਸਾਨ ਤੋਂ ਬਚਣ ਲਈ ਜਿੰਨਾ ਹੈ ਤੋਂ ਦੂਰ ਰਾਵਾਂਗੇ ਸੋ ਉਨਾ ਹੀ ਸਾਡੇ ਸਾਰੇ ਨਹੀਂ ਚੰਗਾ